ਸਰ ਦੱਸੋ ਕੌਣ ਕਿਹਦਾ ਆਉਂਦਾ ਯਾਰ ਯੂਕੇ 2020 ਹੋ ਰਿਹਾ ਤੇ ਤੁਹਾਡਾ ਕੀ ਵਿਚਾਰ ਦੇਖੋ ਮੈਂ ਮਹਿਸੂਸ ਕਰਦਾ ਕਿ ਯੂਕੇ ਦੇ ਵਿੱਚ ਹੋਵੇ ਜਾਂ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਸਾਰੀਆਂ ਸਾਡੀਆਂ ਮੰਗਾਂ ਨੇ ਜਿਨ੍ਹਾਂ ਦੇ ਉੱਪਰ ਲਗਾਤਾਰ ਸਿੱਖ ਕੌਮ ਦੀਆਂ ਜਥੇਬੰਦੀਆਂ ਮੰਗ ਕਰਦੀਆਂ ਰਹੀਆਂ ਨੇ ਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ, ਜ਼ੁਲਮ ਹੋਇਆ, ਔਰ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਮੋਰਚੇ ਵੀ ਲਾਏ ਨੇ, ਧਰਮਯੁੱਧ ਮੋਰਚਾ ਵੀ ਲਵਾਇਆ, ਔਰ ਹੋਰ ਵੀ ਕਈ ਤਰ੍ਹਾਂ ਦੇ ਮੋਰਚੇ ਲੱਗਦੇ ਰਹੇ ਨੇ, ਔਰ ਬੇਇਨਸਾਫੀ ਦੇ ਵਿਰੁੱਧ ਆਵਾਜ਼ ਉੱਠਦੀ ਰਹੀ ਹੈ। ਸੋ ਪੰਜਾਬ ਦੇ ਅੰਦਰ ਜੋ ਕੁਝ ਵਾਪਰਿਆ ਉਹਦਾ ਟਰੁੱਥ ਕਮਿਸ਼ਨ ਬਣੇ ਔਰ ਉਸ ਦੀ ਜਾਂਚ ਹੋਵੇ, ਔਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਮਫਾਦ ਉਸ ਦੇ ਪਿੱਛੇ ਸਨ ਉਹਨਾਂ ਨੂੰ ਨੰਗਾ ਕੀਤਾ ਜਾਣਾ ਚਾਹੀਦਾ। ਕਈ ਪਾਰਟੀਆਂ ਦਾ ਕਹਿਣਾ ਕਿ ਜਿਹੜਾ ਹੋ ਰਿਹਾ ਬੱਚਿਆਂ ਨੂੰ ਕਾਲੇ ਦੌਰ ਦੇ ਵਿੱਚ ਵਾਪਸ ਧੱਕਣ ਦੀ ਹੈ ਅਤੇ ਆਈਐਸਆਈ ਦਾ ਹੱਥ ਹੈ। ਦੇਖੋ ਪੰਜਾਬ ਦੇ ਬੱਚਿਆਂ ਨੂੰ ਬੇਰੁਜ਼ਗਾਰੀ ਤੋਂ ਮੁਕਤ ਕਰਨਾ ਚਾਹੀਦਾ, ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਦੇਣਾ ਚਾਹੀਦਾ, ਪੰਜਾਬ ਨੂੰ ਡਰੱਗ ਫ੍ਰੀ ਕਰਨਾ ਚਾਹੀਦਾ, ਪੰਜਾਬ ਦੇ ਕਿਸਾਨਾਂ ਦੀਆਂ ਖੁਦਕਸ਼ੀਆਂ ਰੁਕਣੀਆਂ ਚਾਹੀਦੀਆਂ ਨੇ। ਜਦੋਂ ਇਸ ਤਰ੍ਹਾਂ ਦੇ ਮਸਲੇ ਹੱਲ ਹੋ ਜਾਣਗੇ ਅਤੇ ਆਪਣੇ ਆਪ ਹੀ ਮੰਗਾਂ ਜਿਹੜੀਆਂ ਇਹ ਸ਼ਾਂਤ ਹੋ ਜਾਣਗੀਆਂ। ਚਲੋ ਮੈਂ ਕਹਿੰਦਾ ਇਹਦੇ ਪਿੱਛੇ ਆਈਐਸਆਈ ਦਾ ਹੱਥ ਹੈ। ਜੇਕਰ ਆਈਐਸਆਈ ਦਾ ਹੱਥ ਹੈ ਤਾਂ ਬਹੁਤ ਮੰਦਭਾਗੀ ਗੱਲ ਹੈ, ਔਰ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਔਰ ਜਾਂਚ ਦੇ ਵਿੱਚ ਜਿਹੜੇ ਲੋਕ ਦੋਸ਼ੀ ਪਾਏ ਜਾਣ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਮੈਂ ਕਹਿੰਦਾ ਕਿ ਇਹ ਜਿਹੜਾ ਯੂਕੇ 2020 ਹੋ ਰਿਹਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ। ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਪਹਿਲਾਂ ਹੀ ਸਟੇਟਮੈਂਟ ਦਿੱਤੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ। ਅਸੀਂ ਵੀ ਇਸ ਗੱਲ ਦੇ ਹਾਮੀ ਹਾਂ ਕਿ ਪੰਜਾਬ ਦੀ ਜਨਤਾ ਜਿਹੜੀ ਹੈ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਹਿਸ਼ਤ ਵਾਲਾ ਮਾਹੌਲ ਨਹੀਂ ਬਣਨਾ ਚਾਹੀਦਾ, ਲੇਕਿਨ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਜਦੋਂ ਖਾਲਿਸਤਾਨੀ ਔਰ ਰਾਸ਼ਟਰਵਾਦੀ ਲੋਕ ਜਿਹੜੇ ਇੱਕੋ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਕਿ ਇੱਥੇ ਰੈਫਰੈਂਡਮ ਦੀ ਜ਼ਰੂਰਤ ਨਹੀਂ, ਇੱਥੇ ਰਾਇਸ਼ਮਾਰੀ ਦੀ ਜ਼ਰੂਰਤ ਨਹੀਂ, ਤਾਂ ਉਹਨਾਂ ਨੂੰ ਮਿਲ ਬੈਠ ਕੇ ਪੰਜਾਬ ਦੀ ਮੰਗ ਦੇ ਬਾਰੇ ਇੱਕ ਟੇਬਲ ਟਾਕ ਕਰਨੀ ਚਾਹੀਦੀ ਹੈ ਅਤੇ ਉਹਦੇ ਹੱਲ ਕੱਢਣੇ ਚਾਹੀਦੇ। ਐਸੇ ਇਸ਼ੂ ਦੇ ਨਾ ਮੈਂ ਆਪੇ ਬੋਲ ਦੇਣਾ ਜੀ ਸਰ। ਰੈਫਰੈਂਡਮ 2020 ਦਾ ਵਿਚਾਰ ਰਾਸ਼ਟਰ ਵਿਰੋਧੀ, ਦੇਸ਼ ਵਿਰੋਧੀ, ਪੰਜਾਬ ਵੈ ਪੰਜਾਬੀਅਤ ਨੂੰ ਤੋੜਨ ਵਾਲਾ ਵਿਚਾਰ ਹੈ ਜਿਹੜਾ ਪੰਜਾਬ ਦੇ ਅੰਦਰ ਕੋਈ ਸਮਰਥਨ ਨਹੀਂ ਕਰ ਰਿਹਾ। ਵਿਸ਼ਵ 'ਚ ਬੈਠਾ ਕੋਈ ਪੰਜਾਬੀ ਸਮਰਥਨ ਨਹੀਂ ਕਰ ਰਿਹਾ, ਹਿੰਦੁਸਤਾਨ ਦੇ ਕਿਸੇ ਕੋਨੇ 'ਚ ਬੈਠਾ ਪੰਜਾਬੀ ਸਮਰਥਨ ਨਹੀਂ ਕਰ ਰਿਹਾ। ਆਈਐਸਆਈ ਦੇ ਇਸ਼ਾਰਿਆਂ 'ਤੇ ਸਿੱਖ ਫੋਰ ਜਸਟਿਸ ਦੇ ਨੇਤਾ ਪੰਨੂ ਸਾਹਿਬ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ। ਕੋਈ ਸਪੋਰਟ ਬੇਸ ਨਹੀਂ ਹੈ ਪੰਜਾਬੀਆਂ ਵੱਲੋਂ, ਔਰ ਯੁਵਕਾਂ ਨੂੰ ਕਾਲੇ ਦੌਰ 'ਚ ਸੁੱਟਣ ਦਾ, ਧਕੇਲਣ ਦਾ ਸ਼ੜਯੰਤਰ ਰਚ ਰਹੇ ਹੈ ਜਿਹਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਪੰਨੂ ਸਾਹਿਬ ਜੇ ਤੁਹਾਨੂੰ ਲੱਗਦਾ ਕਿ ਰੈਫਰੈਂਡਮ ਦੀ ਲੋੜ ਹੈ, ਹਰ 5 ਸਾਲ ਬਾਅਦ ਚੁਣਾਵ ਹੁੰਦਾ, ਇੱਥੇ ਕੋਈ 20 ਸਾਲ 25 ਸਾਲ ਵਾਲਾ ਕੋਈ ਰਾਜਾ ਨਹੀਂ ਬੈਠਾ। ਆਓ ਚੁਣਾਵ ਲੜੋ ਨਾ, ਪਤਾ ਲੱਗ ਜਾਏਗਾ ਕਿਹੜੀ ਵਿਧਾਨ ਸਭਾ 'ਚ ਕਿੰਨੇ ਕਿੰਨੇ ਵੋਟ ਤੁਹਾਨੂੰ ਪੈਂਦੇ। ਆਈਐਸਆਈ ਦੇ ਸ਼ੜਯੰਤਰ ਨੂੰ ਪੰਜਾਬ ਦੇ ਹਾਲਾਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਔਰ ਭਰਾ ਭਰਾ ਨੂੰ ਲੜਾਉਣ ਦਾ ਪ੍ਰਯਾਸ ਕਰ ਰਹੀ ਹੈ, ਨੌਜਵਾਨਾਂ ਨੂੰ ਗਲਤ ਰਸਤੇ 'ਤੇ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹ ਗੁਰੂਆਂ ਪੈਗੰਬਰਾਂ ਦੀ ਧਰਤੀ ਹੈ, ਸਾਨੂੰ ਇਹ ਗੁਰੂਆਂ ਨੇ ਸੰਦੇਸ਼ ਦਿੱਤਾ, ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਬੋ। ਸਾਨੂੰ ਸੰਗਤ ਔਰ ਪੰਗਤ 'ਚ ਸਭ ਨੂੰ ਮਿਲ ਕੇ ਖਾਣ ਅਤੇ ਬਹਿਣ ਦਾ ਹੁਕਮ ਦਿੱਤਾ ਗੁਰੂਆਂ ਨੇ। ਅੱਜ ਉਸ ਧਰਤੀ 'ਤੇ ਤੁਹਾਡਾ ਇਹ ਸ਼ੜਯੰਤਰ, ਨਾਪਾਕ ਸ਼ੜਯੰਤਰ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਇੱਥੇ ਸਾਡੀ ਤਾਕਤ ਹੈ ਗੁਰੂਆਂ ਦਾ ਸੰਦੇਸ਼। ਇੱਥੇ ਰਹਿਣ ਵਾਲਾ ਚਾਹੇ ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ, ਈਸਾਈ ਹੋਵੇ, ਉਹ ਗੁਰੂਆਂ ਨੂੰ ਆਪਣਾ ਆਈਡੀਅਲ ਮੰਨਦਾ, ਆਪਣਾ ਆਦਰਸ਼ ਮੰਨਦਾ, ਗੁਰੂਆਂ ਦੇ ਰਸਤੇ 'ਤੇ ਦੱਸੇ ਰਸਤੇ 'ਤੇ ਚੱਲਦਾ, ਗੁਰਬਾਣੀ ਨੂੰ ਆਪਣਾ ਅਲੌਕਿਕ ਆਦੇਸ਼ ਮੰਨਦਾ। ਇਹ ਧਰਤੀ 'ਤੇ ਅੱਗੇ ਵੀ ਐਸੀ ਕੋਸ਼ਿਸ਼ ਕਰਨ ਵਾਲੇ, ਸ਼ੜਯੰਤਰ ਕਰਨ ਵਾਲੇ ਫੇਲ ਹੋਏ ਨੇ, ਅੱਗੇ ਵੀ ਫੇਲ ਹੋਣਗੇ। ਇਹ ਧਰਤੀ ਦੇ ਉੱਤੇ ਇਹੋ ਜਿਹੀਆਂ ਦੇਸ਼ ਤੋੜਨ ਵਾਲੀਆਂ, ਪੰਜਾਬੀਅਤ ਨੂੰ ਤੋੜਨ ਵਾਲੀਆਂ, ਪੰਜਾਬ ਨੂੰ ਤੋੜਨ ਵਾਲੀਆਂ ਚੀਜ਼ਾਂ ਕਾਮਯਾਬ ਨਹੀਂ ਹੋਣਗੀਆਂ। ਵਿਚਾਰ ਹੀ ਆਪਣੇ ਆਪ 'ਚ ਪੰਜਾਬੀਅਤ ਦੇ ਖਿਲਾਫ ਹੈ, 2020 ਦੀ ਸੋਚ ਹੀ ਪੰਜਾਬੀਅਤ ਦੇ ਖਿਲਾਫ ਹੈ। ਔਰ ਨੌਜਵਾਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਇਸ ਸ਼ੜਯੰਤਰ ਤੋਂ ਬਚੋ ਔਰ ਪੰਜਾਬ ਔਰ ਪੰਜਾਬੀ ਨੂੰ ਬਚਾ ਕੇ ਰੱਖੋ। ਇਹ ਲੋਕ, ਵਿਦੇਸ਼ੀ ਲੋਕ ਆਈਐਸਆਈ ਦੇ ਇਸ਼ਾਰਿਆਂ 'ਤੇ ਸਾਨੂੰ ਤੋੜਨਾ ਚਾਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ।